ਅਸੀਂ ਹਲੇ ਤੁਹਾਡੇ ਕੋਲ ਇੰਟਰਮ ਆਪਣੀ ਗੱਲ ਕਹਿਣ ਆਏ ਹਾਂ, ਕਿਉਂਕਿ ਤੁਹਾਨੂੰ ਸਮਾਂ ਦਿੱਤਾ ਹੋਇਆ ਸੀਗਾ। ਬਹੁਤ ਕੰਸਟਰਕਟਿਵ ਪਾਰਟੀ ਦੇ ਅੰਦਰ ਆਮ ਆਦਮੀ ਪਾਰਟੀ ਔਰ ਲੋਕ ਇਨਸਾਫ਼ ਪਾਰਟੀ ਦੇ ਪ੍ਰੈਜ਼ੀਡੈਂਟ ਔਰ ਇਹਨਾਂ ਦੇ ਜਿਹੜੇ ਦੂਸਰੇ ਬ੍ਰਦਰ ਨੇ ਬੈਂਸ ਸਾਹਿਬ, ਉਹ ਵੀ ਹਾਜ਼ਰ ਨੇ। ਬਹੁਤ ਖੁੱਲੀ ਡੁੱਲੀ ਡਿਸਕਸ਼ਨ, ਬਹੁਤ ਅੱਛੇ ਆਬੋ ਹਵਾ, ਬਹੁਤ ਅੱਛੇ ਲਫ਼ਜ਼ਾਂ ਵਿੱਚ, ਜਿਹਨੂੰ ਕਹਿੰਦੇ ਟਰੂਲੀ ਡੈਮੋਕਰੇਟਿਕ ਤਰੀਕੇ ਦੇ ਨਾਲ ਅੱਜ ਸਾਡੇ ਦੋਨਾਂ ਪਾਰਟੀਆਂ ਦੇ MLAs ਦਾ ਵਿਚਾਰ ਚਰਚਾ ਹੋਈ ਹੈ। ਜਿੱਥੋਂ ਤੱਕ ਫੈਸਲਾ ਹੈ, ਜੋ ਅਰਵਿੰਦ ਕੇਜਰੀਵਾਲ ਜੀ ਨੇ ਵਿਕਰਮ ਮਜੀਠੀਆ ਦੇ ਤੋਂ ਅਪੋਲੋਜੀ ਮੰਗੀ ਹੈ ਡੈਫਾਮੇਸ਼ਨ ਕੇਸ ਵਿੱਚ, ਉਹਦੇ ਵਿੱਚ ਸਾਡੀ ਪਾਰਟੀ ਦਾ ਜਿੰਨੇ ਵੀ ਤੁਸੀਂ MLAs ਅੱਜ ਇੱਥੇ ਹਾਜ਼ਰ ਦੇਖ ਰਹੇ ਹੋ, ਉਹ ਸਾਰੇ ਇੱਕ ਰਾਏ ਦੇ ਨੇ ਕਿ ਅਰਵਿੰਦ ਕੇਜਰੀਵਾਲ ਜੀ ਹੁਣਾਂ ਨੂੰ ਇਹ ਮਾਫੀ ਨਹੀਂ ਸੀ ਮੰਗਣੀ ਚਾਹੀਦੀ। ਉਹਦਾ ਕਾਰਨ ਹੈ ਕਿ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹ ਵਿਵਾਦ ਉੱਠਿਆ ਸੀਗਾ, ਕਿਉਂਕਿ ਸਾਰੇ ਪੰਜਾਬ ਦੇ ਵਿੱਚੋਂ ਇੱਕ ਆਵਾਜ਼ ਆ ਰਹੀ ਸੀ ਕਿ ਵਿਕਰਮ ਮਜੀਠੀਆ ਤੇ ਬਹੁਤ ਇੰਟਰਨੈਸ਼ਨਲ ਡਰੱਗ ਕਾਰਟਲ ਨਾਲ ਤੁਲਕਾਤ ਨੇ। ਆ ਮੇਰੇ ਕੋਲ ਹਾਈਕੋਰਟ ਦੇ ਜਿਹੜੇ ਬਿਆਨਾਤ ਦਿੱਤੇ ਹੋਏ ਨੇ, ਜਿਹੜੇ ਲੋਕਾਂ ਨੇ, ਚਾਹੇ ਉਹ ਜਗਜੀਤ ਚਾਹਲ ਆ, ਚਾਹੇ ਉਹ ਬਿੱਟੂ ਔਲਖ ਹੈ, ਚਾਹੇ ਉਹ ਜਗਦੀਸ਼ ਭੋਲਾ ਹੈ, ਉਹਨਾਂ ਦੇ ਸਟੇਟਮੈਂਟਸ ਦੀ ਕਾਪੀ ਆ ਤੁਹਾਡੇ ਸਾਰਿਆਂ ਨੂੰ ਪਤਾ ਵਾ ਕਿ ਹਾਈਕੋਰਟ ਵਿੱਚ ਸਾਰੇ ਬਿਆਨ ਜਾ ਚੁੱਕੇ ਨੇ। ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਇਹਨਾਂ ਦੇ ਕਨੈਕਸ਼ਨ ਜਿਹੜੇ ਸੀਗੇ ਉਹ ਜਗਜ਼ਾਹਰ ਹੋ ਚੁੱਕੇ ਸੀਗੇ ਇਲੈਕਸ਼ਨ ਤੋਂ ਪਹਿਲਾਂ। ਐਂਡ ਪੰਜਾਬ ਦੇ 13,000 ਪਿੰਡਾਂ ਚੋਂ ਆਵਾਜ਼ ਆ ਰਹੀ ਸੀਗੀ, ਬੱਚੇ ਬੱਚੇ ਚੋਂ ਆਵਾਜ਼ ਆ ਰਹੀ ਸੀਗੀ ਕਿ ਵਿਕਰਮ ਮਜੀਠੀਆ ਜਿਹੜਾ ਹੈ ਉਹ ਇੰਟਰਨੈਸ਼ਨਲ ਡਰੱਗ ਕਾਰਟਲ ਦੇ ਨਾਲ ਇਨਵੋਲਵਡ ਹੈ, ਔਰ ਉਹਦੀਆਂ ਵੀ ਬਹੁਤ ਪੁਖਤਾ ਸਬੂਤ, ਕਿਉਂਕਿ ਜਿਹੜਾ ਸਤਪ੍ਰੀਤ ਏਲੀਅਸ ਸੱਤਾ ਅਤੇ ਪਿੰਦੀ ਜਿਹੜੇ ਕੈਨੇਡਾ ਤੋਂ ਆਉਂਦੇ ਸੀਗੇ, ਉਹ ਵਿਕਰਮ ਮਜੀਠੀਆ ਦੇ ਅੰਮ੍ਰਿਤਸਰ ਗ੍ਰੀਨ ਐਵਨਿਊ ਕੋਠੀ ਵਿੱਚ ਠਹਿਰਦੇ ਸੀਗੇ, ਇਹਨਾਂ ਦੀ ਲਾਲ ਬੱਤੀ ਗੱਡੀਆਂ ਵਿੱਚ ਘੁੰਮਦੇ ਸੀਗੇ, ਉਹਨਾਂ ਦੇ ਨਾਲ ਸਿਕਿਉਰਿਟੀ ਗਨਮੈਨ ਲੈ ਕੇ ਉਹ ਸਾਰਾ ਜਾਂਦੇ ਸੀਗੇ। ਸ਼ਾਦੀ ਵਿਕਰਮਜੀਤ ਸਿੰਘ ਮਜੀਠੀਆ ਦੀ ਬਤੌਰ ਮਿਨਿਸਟਰ, ਉਹਨਾਂ ਇੰਟਰਨੈਸ਼ਨਲ ਡਰੱਗ ਕਾਰਟਲ ਜਿਨ੍ਹਾਂ ਦੇ ਨਾਮ ਹੁਣ ਪੰਜਾਬ ਸਰਕਾਰ ਐਕਸਟ੍ਰੈਡੇਸ਼ਨ ਵਾਸਤੇ ਮੰਗ ਰਹੀ ਆ, ਉਹ ਸਾਰੇ ਵਿਕਰਮਜੀਤ ਦੇ ਨਾਲ ਕਨੈਕਟਡ ਸੀਗੇ, ਵਿਕਰਮ ਮਜੀਠੀਆ ਨਾਲ। ਸੋ ਇੱਕ ਪੰਜਾਬ ਦੇ ਵਿੱਚ ਬਰਨਿੰਗ ਇਸ਼ੂ ਬਣਿਆ ਪੰਜਾਬ ਦੀ ਇਲੈਕਸ਼ਨ ਨੂੰ, ਜਿੱਥੇ ਕਿਸਾਨਾਂ ਦੀ ਆਤਮ ਹੱਤਿਆਵਾਂ, ਬੇਰੁਜ਼ਗਾਰੀ, ਅਕਾਲੀਆਂ ਵੱਲੋਂ ਦੱਬ ਕੇ ਮਾਫੀਆ ਰਾਜ ਤੇ ਭ੍ਰਿਸ਼ਟਾਚਾਰ, ਉਹਦੇ ਨਾਲ ਡਰੱਗਸ ਬਹੁਤ ਵੱਡਾ ਇਸ਼ੂ ਬਣਿਆ ਸੀ, ਔਰ ਅਰਵਿੰਦ ਕੇਜਰੀਵਾਲ ਨੇ ਉਸ ਵਕਤ ਸਭ ਤੋਂ ਮੂਹਰੇ ਫਰੰਟ ਲਾਈਨ 'ਚ ਆਣ ਕੇ ਵਿਕਰਮ ਮਜੀਠੀਆ ਦੇ ਖਿਲਾਫ ਬਹੁਤ ਸੰਗੀਨ ਇਲਜ਼ਾਮ ਲਾਏ, ਔਰ ਉਸ ਇਲਜ਼ਾਮਾਂ ਤੋਂ ਬਾਅਦ ਵਿਕਰਮ ਮਜੀਠੀਆ ਨੇ ਰਿਟੋਰਟ ਕਰਦਿਆਂ ਡੈਫਾਮੇਸ਼ਨ ਕੇਸ ਫਾਈਲ ਕੀਤਾ ਉਹਨਾਂ ਦੇ ਖਿਲਾਫ। ਔਰ ਜਿਹੜੀ ਗੱਲ ਹੁਣ ਮੈਂ ਇੰਪੋਰਟੈਂਟ ਕਹਿਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਨੂੰ ਡਿਫੈਂਡ ਕਰਨ ਵਾਸਤੇ ਪੰਜਾਬ ਦੇ ਹਜ਼ਾਰਾਂ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਸਮੇਤ MLA ਉਸ ਵਕਤ ਦੇ ਸਾਡੇ ਕੈਂਡੀਡੇਟਸ ਉਹ ਮੈਦਾਨ ਵਿੱਚ ਕੁੱਦ ਗਏ, ਸਾਰੇ ਪੰਜਾਬ ਦੇ 13,000 ਪਿੰਡਾਂ ਦੇ ਵਿੱਚ ਵੱਡੇ ਵੱਡੇ ਬੋਰਡ ਲੱਗ ਗਏ, ਵੱਡੇ ਵੱਡੇ ਬੋਰਡ ਲੱਗ ਗਏ ਕਿ ਮੈਂ ਇੱਕ ਵਾਰ ਨਹੀਂ, ਮੈਂ ਹਜ਼ਾਰ ਵਾਰ ਕਹਿੰਦਾ ਵਾਂ ਕਿ ਵਿਕਰਮ ਮਜੀਠੀਆ ਡਰੱਗ ਮਾਫੀਆ ਦਾ ਸਰਗਨਾ ਹੈ ਔਰ ਉਹਦੇ ਖਿਲਾਫ CBI ਦੀ ਜਾਂਚ ਹੋਣੀ ਚਾਹੀਦੀ ਹੈ। ਉਸ ਵਾਲੰਟੀਅਰ ਦੀ ਫੋਟੋ, ਉਸ ਵਾਲੰਟੀਅਰ ਦਾ ਟੈਲੀਫੋਨ ਨੰਬਰ, ਭਾਵ ਕਿ ਪੰਜਾਬ ਦੇ ਹਜ਼ਾਰਾਂ ਵਾਲੰਟੀਅਰਸ ਨੂੰ ਸਾਡੇ ਪ੍ਰੈਜ਼ੀਡੈਂਟ ਨੇ ਇੱਥੋਂ ਦੀ ਤਾਕਤਵਰ ਪੋਲੀਟੀਕਲ ਜਿਹੜੀਆਂ ਫਿਊਡਲ ਫੈਮਿਲੀਜ਼ ਨੇ ਉਹਨਾਂ ਦੇ ਸਾਹਮਣੇ ਨੰਗਾ ਕਰ ਦਿੱਤਾ ਕਿ ਆਹ ਆਦਮੀ ਨੇ ਜਿਹੜੇ ਤੁਹਾਡੇ ਖੜੇ ਖਿਲਾਫ ਖੜੇ ਨੇ।
ਔਰ ਉਸ ਤੋਂ ਬਾਅਦ ਸਰਕਾਰ ਬਦਲੀ। ਸਰਕਾਰ ਬਦਲਣ ਤੋਂ ਬਾਅਦ ਵੀ ਕੱਲ STF ਜਿਹੜੀ ਕਿ ਰਿਪੋਰਟ ਕਰ ਰਹੀ ਹੈ ਟੂ ਦੇ ਹਾਈ ਕੋਰਟ ਇਨ ਦਾ ਡਰੱਗਸ ਮੈਟਰ, ਉਹਨਾਂ ਨੇ ਜਾ ਕੇ ਫਿਰ ਦੁਬਾਰਾ ਜਾ ਕੇ ਉੱਥੇ ਇਹ ਗੱਲ ਰੀਇਟਰੇਟ ਕੀਤੀ ਆ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਬਿਕਰਮ ਮਜੀਠੀਆ ਦੀ ਇਨਵੋਲਵਮੈਂਟ ਦੇ, ਇਨਕਲੂਡਿੰਗ ਦੀ ED ਵਿਚ ਕਾਲ ਫਾਰ ਏ ਪ੍ਰੋਪਰ ਇਨਕੁਆਇਰੀ ਇਨ ਟੂ ਦਾ ਹੋਲ ਡਰੱਗ ਕਾਰਟਲ ਇਸ਼ੂ। ਇਹਨਾਂ ਹਾਲਾਤਾਂ ਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਅਪੋਲੋਜੀ ਸੀਗੀ ਉਹ ਬਹੁਤ ਦੁਖਦਾਈ, ਬਹੁਤ ਮੰਦਭਾਗੀ। ਉਹਦੇ ਚ ਇਹ ਲੱਗਿਆ ਵਾ ਜਿੱਦਾਂ ਸਾਡੇ ਵੱਡੇ ਲੀਡਰ ਨੇ ਜਿੱਦਾਂ ਇੱਕ ਕਮਜ਼ੋਰੀ, ਮਾਨਸਿਕ ਕਮਜ਼ੋਰੀ ਦਿਖਾਉਂਦੇ ਹੋਇਆਂ ਸਰੈਂਡਰ ਕਰ ਦਿੱਤਾ ਵਾ। ਔਰ ਸਾਡੇ ਤੇ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਸ਼ਾਇਦ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੀ ਅਕਾਲੀ ਦਲ ਦੇ ਨਾਲ ਅੰਡਰਸਟੈਂਡਿੰਗ ਤਾਂ ਨਹੀਂ ਹੋਗੀ। ਇਸ ਇਸ਼ੂ ਦੇ ਉੱਤੇ ਜਿੰਨੇ ਵੀ ਤੁਸੀਂ ਅੱਜ MLA ਸਾਡੇ ਦੇਖ ਰਹੇ ਹੋ ਉਹਨਾਂ ਦੀ ਇੱਕ ਰਾਏ ਸੀ, ਸਭ ਨੇ ਉਸ ਅਪੋਲੋਜੀ ਨੂੰ ਕੰਡੈਮ ਕੀਤਾ ਕਿਉਂਕਿ ਸਾਡੇ ਨਾਲ ਕਿਸੇ ਨਾਲ ਵਿਚਾਰ ਚਰਚਾ ਨਹੀਂ ਕੀਤੀ ਗਈ, ਕਦੀ ਡਿਸਕਸ ਨਹੀਂ ਕੀਤਾ ਗਿਆ। ਦੋ ਦਿਨ ਪਹਿਲਾਂ ਹੀ, ਬਲਕਿ ਅਪੋਲੋਜੀ ਤੋਂ ਇੱਕ ਦਿਨ ਪਹਿਲਾਂ, ਮੈਂ ਤਾਂ ਦਿੱਲੀ ਜਾ ਨਹੀਂ ਸਕਿਆ, ਲੇਕਿਨ ਮਨੀਸ਼ ਸਿਸੋਡੀਆ ਦੇ ਨੇ ਮੀਟਿੰਗ ਲਈ ਜਿਹਦੇ ਚ ਭਗਵੰਤ ਮਾਨ ਤੇ ਅਮਨ ਅਰੋੜਾ ਜੀ ਉੱਥੇ ਮੀਟਿੰਗ ਵਿਚ ਸ਼ਾਮਲ ਸੀ, ਇਹਨਾਂ ਦੇ ਕਹਿਣ ਅਨੁਸਾਰ ਇਹਨਾਂ ਨੂੰ ਵੀ ਕੌਨਫੀਡੈਂਸ ਨਹੀਂ ਲਿਆ ਗਿਆ ਕਿ ਅਸੀਂ ਜਿਹੜੀ ਅਪੋਲੋਜੀ ਆ ਉਸਦਾ ਐਲਾਨ ਕਰਨ ਜਾ ਰਹੇ ਹਾਂ। ਇਹਦੇ ਉੱਤੇ ਸਾਰੀ ਪਾਰਟੀ ਦਾ, ਸਾਰੇ ਮੈਨੂੰ ਬਹੁਤ ਸਾਰੇ ਸੈਂਕੜੇ ਮੈਸੇਜਸ ਵਟਸਐਪ ਦੇ ਵਿਚ, ਪੰਜਾਬ ਦੇ ਜ਼ਮੀਨ ਦੇ ਵਾਲੰਟੀਅਰਸ ਤੋਂ ਜਿਹੜੇ ਮੈਸੇਜਸ ਆ ਰਹੇ ਨੇ, ਮੈਂ ਉਨ੍ਹਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਵਾਂ ਕਿ ਅਸੀਂ ਜੋ ਵੀ ਫੈਸਲਾ ਲਵਾਂਗੇ ਅਸੀਂ ਪੰਜਾਬ ਦੇ ਹਿੱਤ ਵਿਚ ਲਵਾਂਗੇ। ਅਸੀਂ ਪੰਜਾਬ, ਜੋ ਸਾਡਾ ਸੂਬਾ ਵਾ, ਜੋ ਅੱਜ ਪੰਜਾਬ ਬਲ ਰਿਹਾ ਵਾ, ਜੋ ਅੱਜ ਪੰਜਾਬ ਭੱਠੀ ਵਿਚ ਝੋਕਤਾ ਇਹਨਾਂ ਅਖੌਤੀ ਅਕਾਲੀਆਂ ਤੇ ਕਾਂਗਰਸੀਆਂ ਨੇ, ਅਸੀਂ ਤੁਹਾਡਾ ਸਾਥ ਦਿਆਂਗੇ, ਅਸੀਂ ਪੰਜਾਬ ਦੇ ਲੋਕਾਂ ਦਾ ਸਾਥ ਦਿਆਂਗੇ। ਸਾਨੂੰ ਇਸ ਤੋਂ ਉੱਤੇ ਕੋਈ ਚੀਜ਼, ਚਾਹੇ ਕੋਈ ਅਹੁਦਾ, ਚਾਹੇ ਕੋਈ ਆਗੂ, ਚਾਹੇ ਕੋਈ ਹੋਰ ਇਸ ਤਰ੍ਹਾਂ ਦਾ ਆਫਿਸ, ਨਥਿੰਗ ਮੈਟਰਸ ਮੋਰ ਦੈਨ ਟੂ ਸਟੈਂਡ ਕਮਿਟਡਲੀ ਟੂ ਦਾ ਇੰਟਰਸਟ ਆਫ ਦਾ ਸਟੇਟ ਆਫ ਪੰਜਾਬ। ਥੇਰਫੋਰ ਅਸੀਂ ਉਹਨਾਂ ਦੀ ਇਸ ਅਪੋਲੋਜੀ ਨਾਲ ਸਹਿਮਤ ਨਾ ਹੁੰਦਿਆਂ ਹੋਇਆਂ, ਜਿਹੜੀਆਂ ਸਾਡੀਆਂ ਅੰਦਰ ਡਿਲੀਬਰੇਸ਼ਨਸ ਹੋਈਆਂ, ਸਾਡੇ ਜਿਹੜਾ ਇੱਕ ਤਾਂ ਅਸੀਂ ਭਗਵੰਤ ਮਾਨ ਸਾਹਿਬ ਦਾ ਵੀ ਮੈਂ ਸਮਝਦਾ ਕਿ ਉਨ੍ਹਾਂ ਨੇ ਜਿਹੜਾ ਅਸਤੀਫਾ ਦਿੱਤਾ ਉਹਦੇ ਤੇ ਵੀ ਅਸੀਂ ਕਾਲ ਲੈ ਰਹੇ ਹਾਂ 4 ਵਜੇ, ਉਸ ਤੇ ਕਾਲ ਲਵਾਂਗੇ ਅਸੀਂ ਹੁਣ 4 ਵਜੇ, ਔਰ ਇਹ 4 ਵਜੇ ਰਿਜ਼ਿਊਮ ਕਰਕੇ ਮੀਟਿੰਗ ਤੇ ਮੈਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੁਛ ਅੱਜ ਦੇ ਜੋ ਸਾਡੇ ਜਿਹੜੇ ਡਿਵੈਲਪਮੈਂਟਸ ਆ ਉਹਦੇ ਨਤੀਜੇ ਤੁਹਾਡੇ ਸਾਹਮਣੇ ਰੱਖ ਸਕੀਏ। ਇਨ ਦਾ ਮੀਨ ਟਾਈਮ ਮੈਂ ਸਾਰੇ ਮੀਡੀਆ ਨੂੰ, ਕਿਉਂਕਿ ਅੱਜ ਦੀ ਮੀਟਿੰਗ ਉਹ ਇਸ ਮਕਸਦ ਲਈ ਨਹੀਂ ਸੀ, ਅੱਜ ਦੀ ਮੀਟਿੰਗ ਅਸੀਂ ਬੁਲਾਈ ਸੀਗੀ, ਅਕਾਲੀ ਕਾਂਗਰਸ ਦਾ 1 ਸਾਲ ਦਾ ਰਾਜ ਪੂਰਾ ਹੋ ਗਿਆ, 1 ਸਾਲ ਦੇ ਰਾਜ ਵਿਚ ਜੋ ਧੱਜੀਆਂ ਉਡਾਈਆਂ ਪੰਜਾਬ ਦੀਆਂ, ਜੋ ਲੋਕਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ, ਜੋ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਕਾਂਗਰਸ ਨੇ, ਜਿਹੜੇ ਗ੍ਰੈਂਡ ਬਿਟਰੇਲਸ ਨੇ, ਉਹਦੀ ਚਾਰਜਸ਼ੀਟ ਪ੍ਰੈਜੈਂਟ ਕਰਨ ਵਾਸਤੇ ਅੱਜ ਤੁਹਾਡੇ ਕੋਲ ਸਮਾਂ ਮੰਗਿਆ ਸੀ। ਅਸੀਂ ਦੋਨਾਂ ਪਾਰਟੀਆਂ ਦੀ ਮੀਟਿੰਗ ਇਸ ਮਕਸਦ ਨਾਲ ਆਈ ਸੀਗੀ। ਸੋ ਅੱਜ ਅਸੀਂ ਉਹ ਆਪਣੀ ਕਮਿਟਮੈਂਟ ਪੰਜਾਬ ਦੇ ਲੋਕਾਂ ਦੇ ਪ੍ਰਤੀ ਪੂਰੇ ਕਰਦੇ ਹੋਏ 15 ਚਾਰਜਸ ਫਰੇਮ ਕੀਤੇ ਆ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਨੇ, ਜਿਹਦੇ ਵਿਚ ਗ੍ਰੈਂਡ ਬਿਟਰੇਅਲ ਆ ਪੰਜਾਬ ਦੇ ਕਿਸਾਨਾਂ ਦੇ ਨਾਲ, ਦੋਨੋਂ ਕਿਸ਼ਤਾਂ ਪਾ ਕੇ
0.33 ਮਤਲਬ ਇੱਕ ਪੈਸਾ ਵੀ ਪੰਜਾਬ ਦੇ ਕਿਸਾਨ ਦਾ ਲੋਨ ਮਾਫ ਨਹੀਂ ਹੋਇਆ, ਇੱਕ ਪੈਸਾ ਵੀ, ਅੱਧਾ ਵੀ ਨਹੀਂ, ਅੱਧਾ ਪੈਸਾ ਵੀ ਨਹੀਂ। ਤੇ ਡਰਾਮੇ ਕੀਤੇ ਜਾ ਰਹੇ ਨੇ, ਗਾਇਕ ਬੁਲਾਏ ਜਾ ਰਹੇ ਨੇ ਔਰ ਕੱਟ ਕੀਤੇ ਜਾ ਰਹੇ ਨੇ। ਇਹ ਬਹੁਤ ਵੱਡਾ, ਸਭ ਤੋਂ ਇਸ ਯੁੱਗ ਦਾ ਸਭ ਤੋਂ ਵੱਡਾ ਧੋਖਾ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਆ। ਇਹ ਸਾਡਾ ਵੱਡਾ ਚਾਰਜ ਆ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ। ਨੌਕਰੀਆਂ ਨੂੰ ਲੈ ਕੇ ਹਰ ਘਰ ਨੌਕਰੀ, ਕੈਂਪਸ ਪਲੇਸਮੈਂਟਸ ਨੂੰ ਦਿਖਾਤਾ ਕਿ ਸਰਕਾਰ ਨੌਕਰੀ ਦੇ ਰਹੀ ਹੈ। ਇਹਦੇ ਨਾਲ ਵੱਡਾ ਪੰਜਾਬ ਦੇ ਨੌਜਵਾਨਾਂ ਨੂੰ ਮੂਰਖ ਬਣਾਉਣ ਦਾ ਉਪਰਾਲਾ ਨਹੀਂ ਕੋਈ ਕਰ ਸਕਦੀ ਸਰਕਾਰ ਜੋ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਸਰਕਾਰੀ ਨੌਕਰੀਆਂ ਸਾਰੀ ਖਾਲੀ ਪਈਆਂ ਨੇ, ਚਾਹੇ ਉਹ ਟੀਚਰਸ ਆ, ਡਾਕਟਰਸ ਆ, ਫਾਰਮਾਸਿਸਟ ਆ, ਐਗਰੀਕਲਚਰ ਇੰਸਪੈਕਟਰ ਆ, ਵੈਟਨਰੀ ਡਾਕਟਰਸ ਆ, ਕਲਰਕਸ ਨੇ ਐਡਮਿਨਿਸਟ੍ਰੇਸ਼ਨ ਸਾਈਡ ਤੇ, ਹਜ਼ਾਰਾਂ ਤਾਂ ਹੈ, ਸ਼ਾਇਦ ਲੱਖਾਂ ਪੰਜਾਬ ਦੀਆਂ ਨੌਕਰੀਆਂ ਖਾਲੀ ਪਈਆਂ ਨੇ, ਲੇਕਿਨ ਉਹ ਨਹੀਂ ਭਰਦੀਆਂ। ਤੇ ਹਰ ਘਰ ਨੌਕਰੀ ਦਾ ਝੂਠਾ ਵਾਅਦਾ ਸਾਡਾ ਦੂਜਾ ਚਾਰਜ ਅਮਰਿੰਦਰ ਸਿੰਘ ਤੇ ਨੌਕਰੀਆਂ ਤੇ ਲੋਕਾਂ ਨੂੰ ਧੋਖਾਧੜੀ ਕਰਨ ਦਾ ਸੀਗਾ। ਤੀਸਰਾ ਚਾਰਜ ਡਰੱਗਸ ਤੇ ਅਮਰਿੰਦਰ ਸਿੰਘ ਹੈਜ਼ ਕਮਿਟਿਡ ਪਰਜਰੀ। ਗੁਟਕਾ ਸਾਹਿਬ ਜਿਹੜਾ ਸਭ ਤੋਂ ਸਾਡਾ ਸੀਕਰੇਟ ਡਾਕੂਮੈਂਟ ਹੈ, ਤਲਵੰਡੀ ਸਾਬੋ ਵੱਲ ਨੂੰ ਮੂੰਹ ਕਰਕੇ ਆਪਣੇ ਮੱਥੇ ਦੇ ਉੱਤੇ ਰੱਖ ਕੇ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੇ 4 ਹਫ਼ਤਿਆਂ ਦੇ ਵਿੱਚ ਅਸੀਂ ਪੰਜਾਬ ਚੋਂ ਨਸ਼ੇ ਖਤਮ ਕਰਾਂਗੇ। ਦਿਸ ਇਜ਼ ਕਾਲਡ ਪਰਜਰੀ, ਦਿਸ ਇਜ਼ ਲਾਈਕ ਗਿਵਿੰਗ ਏ ਫਾਲਸ ਓਥ ਇਨ ਦ ਕੋਰਟ ਆਫ ਦ ਗੋਡ। ਇਹਦੇ ਨਾਲ ਵੱਡਾ ਕੋਈ ਵੀ ਸਿਆਸਤਦਾਨ ਆਪਣੇ ਰੱਬ ਨਾਲ ਧੋਖਾ ਨਹੀਂ ਕਮਾ ਸਕਦਾ। ਅਮਰਿੰਦਰ ਸਿੰਘ ਨੇ ਪਰਮਾਤਮਾ ਦੀ ਅਦਾਲਤ ਵਿੱਚ ਪਰਜਰੀ ਕੀਤੀ ਹੈ, ਇਹ ਸਾਡਾ ਇਲਜ਼ਾਮ ਹੈ। ਨਸ਼ੇ ਅੱਜ ਵੀ ਨੇ, ਆਪ 12 ਤਰੀਕ ਨੂੰ ਵੱਡੇ ਨੈਸ਼ਨਲ ਨਿਊਜ਼ ਪੇਪਰ ਨੇ 16 ਕਿਸਾਨਾਂ ਦੀ ਵੱਡੀ ਆਤਮਹੱਤਿਆਵਾਂ ਦੀ ਪੂਰੀ ਕਥਾ ਦਾਸਤਾਨ ਕੇਸ ਸਟੱਡੀ ਦੱਸਤੀ। ਕੋਈ ਪਰਿਵਾਰ ਨਹੀਂ ਕਹਿੰਦਾ ਸਾਡਾ ਕਿ ਬੱਚਾ, ਮੇਰਾ ਬੱਚਾ ਜਿਹੜਾ ਨਸ਼ੇ ਦੇ ਕਰਕੇ ਮਰ ਰਿਹਾ, ਲੇਕਿਨ 16 ਪਰਿਵਾਰਾਂ ਨੇ ਉਦਣ ਉਹ ਛਾਪ ਦਿੱਤਾ, ਕਹਿ ਦਿੱਤਾ। ਬਹੁਤ ਸਾਰੇ ਅਨੇਕਾਂ ਹੁਣ SDF ਕਹਿ ਰਹੀ ਆ ਕਿ ਡਰੱਗਸ ਜਾਰੀ ਨੇ, ਜਿਹੜੀ ਹਾਈਕੋਰਟ ਵਿੱਚ ਮਾਮਲਾ ਚੱਲ ਰਿਹਾ ਉਹਦੇ 'ਚ ਆ ਰਿਹਾ ਕਿ ਡਰੱਗਸ ਜਾਰੀ ਨੇ, ਲੇਕਿਨ ਅਮਰਿੰਦਰ ਸਿੰਘ ਕਹਿੰਦਾ ਸਾਰੇ ਰੀਹੈਬਿਲੀਟੇਸ਼ਨ ਸੈਂਟਰ ਕੋਈ ਉੱਥੇ ਜਾਂਦਾ ਨਹੀਂ ਆਪਣਾ ਇਲਾਜ ਕਰਾਉਣ ਵਾਸਤੇ। ਔਰ ਅਮਰਿੰਦਰ ਸਿੰਘ ਨੇ 23 ਮਾਰਚ ਤੋਂ ਫਿਰ ਦੁਬਾਰਾ ਸ਼ਾਇਦ ਕਿਹਾ ਵਾ ਕਿ ਮੈਂ ਡਰੱਗਸ ਕੰਟਰੋਲ ਕਰਨ ਦੀ ਡਰਾਈਵ ਲਾਂਚ ਕਰ ਰਿਹਾ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ। ਇਹਦਾ ਮਤਲਬ ਅਮਰਿੰਦਰ ਸਿੰਘ ਨੂੰ ਆਪ ਪਤਾ ਵਾ ਕਿ ਮੈਂ ਫੇਲ ਹੋ ਗਿਆ, ਡਰੱਗਸ ਪੰਜਾਬ ਦੇ ਵਿੱਚ ਮੁੱਕੇ ਨੇ। ਉਹਨਾਂ ਦੇ ਕਾਂਗਰਸ ਦੇ MLA ਨੇ ਇਲਜ਼ਾਮ ਲਾਏ ਸੀਗੇ ਸੁਰਜੀਤ ਸਿੰਘ ਧਮਾਨ ਨੇ ਕਿ ਪੰਜਾਬ 'ਚ ਨਸ਼ਾ ਜਿਉਂ ਦਾ ਤਿਉਂ ਮਿਲ ਰਿਹਾ। ਅਮਰਿੰਦਰ ਸਿੰਘ ਦੀ ਸੈਕਿੰਡ ਡਰਾਈਵ ਸ਼ੁਰੂ ਕਰਨਾ ਇਟਸੈਲਫ ਇਜ਼ ਅ ਕਨਫੈਸ਼ਨ ਦੈਟ ਪੰਜਾਬ ਡਰੱਗਸ ਆਰ ਈਜ਼ਲੀ ਐਂਡ ਰੈਂਪੈਂਟਲੀ ਐਂਡ ਅਬੰਡੈਂਟਲੀ ਅਵੇਲੇਬਲ ਇਨ ਐਵਰੀ ਨੂਕ ਐਂਡ ਕਾਰਨਰ ਆਫ ਦ ਸਟੇਟ। ਇਹ ਸਾਡਾ ਵੱਡਾ ਇਲਜ਼ਾਮ ਹੈ। ਦਲਿਤਾਂ ਵੀਕਰ ਸੈਕਸ਼ਨ ਦੇ ਨਾਲ ਬਹੁਤ ਵੱਡਾ ਧੋਖਾ, ਜਿਹੜੇ ਵਿਚਾਰੇ ਗਰੀਬ ਆਦਮੀ ਜਿਨ੍ਹਾਂ ਦੇ ਕੋਲ 200 ਯੂਨਿਟ ਬੱਤੀ ਦਿੱਤੀ ਜਾ ਰਹੀ ਸੀ ਪਿਛਲੀਆਂ ਸਰਕਾਰਾਂ ਵੱਲੋਂ ਫ੍ਰੀ ਕਈ ਸਾਲਾਂ ਤੋਂ, ਉਨ੍ਹਾਂ ਤੇ ਸ਼ਰਤਾਂ ਲਾਤੀਆਂ। 1 ਕਿਲੋਵਾਟ ਤੋਂ ਲੋਡ ਜ਼ਿਆਦਾ ਹੋਇਆ 200 ਯੂਨਿਟ ਖਤਮ, 3000 ਸਾਲ ਦੀ ਯੂਨਿਟ ਤੁਸੀਂ ਖਪਤ ਕਰ ਲਈ ਖਤਮ। ਗਰੀਬਾਂ ਦੇ ਬੱਚਿਆਂ ਦੇ ਨਾਲ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਧੋਖਾਧੜੀ, ਪੈਸੇ ਦਿੱਲੀਓਂ ਆਉਂਦੇ ਨੇ, ਸਰਕਾਰ ਆਪਣੇ ਹੋਰ ਕੰਮਾਂ 'ਚ ਲਾ ਕੇ ਉਨ੍ਹਾਂ ਗਰੀਬ ਬੱਚਿਆਂ ਨੂੰ ਉਨ੍ਹਾਂ ਦੇ ਮਿਆਰੀ ਵਿਦਿਆ ਤੋਂ ਵਾਂਝੀ ਕਰ ਰਹੀ ਹੈ। ਪ੍ਰਾਈਵੇਟ ਸਕੂਲਾਂ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਦਾ ਪੜ੍ਹਾਈ ਦਾ ਜਿਹੜਾ ਜ਼ੁੰਮਾ ਸੀਗਾ ਗਵਰਨਮੈਂਟ ਆਫ ਇੰਡੀਆ ਨੇ ਪੈਸੇ ਦੇਣੇ ਸੀਗੇ, 8 ਸਾਲ ਹੋ ਗਏ ਨੇ, ਨਾ ਅਕਾਲੀਆਂ ਨੇ ਨਾ ਕਾਂਗਰਸ ਨੇ ਇੱਕ ਵੀ ਦਲਿਤ ਗਰੀਬ ਬੱਚੇ ਨੂੰ ਜਿਹੜੇ ਮਹਿੰਗੇ ਪ੍ਰਾਈਵੇਟ ਸਕੂਲ ਨੇ ਜਿਹਦੇ 'ਚ ਸ਼ਰਤ ਹੈ ਕਿ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ 1/4 ਹਿੱਸਾ ਗਰੀਬਾਂ ਦੇ ਨਿਆਣੇ ਪ੍ਰਾਈਵੇਟ ਸਕੂਲਾਂ, ਜਿਹੜੇ ਵੱਡੇ ਵੱਡੇ ਸਕੂਲ ਨੇ ਕੈਂਬਰਿਜ ਵਰਗੇ, ਮੇਅਰ ਵਰਗੇ ਵੱਡੇ ਸਕੂਲ, ਲੇਕਿਨ ਉੱਥੇ ਕਿਸੇ ਨੇ ਪੜ੍ਹਨ ਨਹੀਂ ਦਿੱਤਾ। ਇੰਪਲੋਈਜ਼ ਸਾਡਾ ਅਗਲਾ ਚਾਰਜ ਆ,
ਇੰਪਲੋਈਜ਼ ਨਾਲ ਵੀ ਕੋਈ ਧੋਖਾ ਕਰਦਾ ਜਿਨ੍ਹਾਂ ਨੇ ਇਹਨਾਂ ਦੇ ਕੰਮ ਕੈਰੀ ਆਊਟ ਕਰਨੇ ਨੇ? ਰਮਜ਼ਾ, SSA ਟੀਚਰਸ, ਕੰਪਿਊਟਰ ਟੀਚਰਸ, ਆਦਰਸ਼ ਸਕੂਲ ਟੀਚਰਸ, ਆਂਗਨਵਾੜੀ ਨੋ ਟੀਚਰਸ, ਜਿਹੜੇ ਕਈ ਸਾਲਾਂ ਤੋਂ ਕੰਟਰੈਕਟ ਤੇ ਕੰਮ ਕਰ ਰਹੇ ਨੇ, ਜਿਹੜੇ ਅੱਜ 40-50 ਹਜ਼ਾਰ ਰੁਪਇਆ ਮਹੀਨਾ ਤਨਖਾਹ ਲੈਂਦੇ ਸੀਗੇ, ਉਹਨਾਂ ਨੂੰ ਸਰਕਾਰ ਕਹਿੰਦੀ ਹੈ ਸ਼ਰਤ ਦੇਖੋ, ਬਾਣੀਆਂ ਦੀ ਸਰਕਾਰ ਜਿੱਦਾਂ ਕੋਈ ਦੁਕਾਨਦਾਰ ਕਰਦਾ ਹੁੰਦਾ ਕੋਈ ਕਿਸੇ ਨਾਲ ਫੈਸਲਾ ਲੈ ਦੇ, ਉਹਨਾਂ ਨੂੰ ਕਹਿੰਦੀ ਜੇ ਸਰਕਾਰੀ ਨੌਕਰੀ ਪੱਕੀ ਚਾਹੀਦੀ ਹੈ ਤੇ 10,300 ਰੁਪਏ ਤੇ 3 ਸਾਲ ਵਾਸਤੇ ਕੰਮ ਕਰਨਾ ਪਊ। ਕਦੀ ਕਦੀ ਸੁਣਿਆ ਸਰਕਾਰਾਂ ਇਹ ਕੰਮ ਕਰਦੀਆਂ ਨੇ? ਸਰਕਾਰਾਂ ਆਰ ਗਵਰਨਮੈਂਟ ਸਾਰਾ ਵੈਲਫੇਅਰ ਸਟੇਟ, ਇਹ ਪੈਸੇ ਕਮਾਉਣ ਬਚਾਉਣ ਵਾਸਤੇ ਨਹੀਂ ਗੀ। ਲੇਕਿਨ ਉਹਨਾਂ ਟੀਚਰਾਂ ਦੇ ਨਾਲ, ਉਹਨਾਂ ਇੰਪਲੋਈਜ਼ ਦੇ ਨਾਲ ਧੋਖਾ, ਇੱਥੋਂ ਤੱਕ ਧੋਖਾ ਕਿ ਉਹਨਾਂ ਨੂੰ ਮਹੀਨੇ ਦੀ ਇੰਪਲੋਈਜ਼ ਨੂੰ ਤਨਖਾਹ ਦੇਣ ਨੂੰ ਕੋਈ ਤਿਆਰ ਨੀਗਾ। ਸੈਕਰਟੇਰੀਏਟ, ਮੇਨ ਸਿਵਲ ਸੈਕਰਟੇਰੀਏਟ ਚੰਡੀਗੜ੍ਹ ਬੇਰ ਪੁੰਜੇ ਧਰਨਾ ਲਾ ਕੇ ਉਹਨਾਂ ਨੂੰ ਬਹਿ ਕੇ ਦੱਸਣਾ ਪੈਂਦਾ ਕਿ ਸਾਡੀ ਮਹੀਨੇ ਦੀ ਤਨਖਾਹ ਤਾਂ ਦੇ ਦਿਓ। ਨੌਕਰੀਆਂ ਦੇਣੀਆਂ ਤਾਂ ਕੀ ਸੀ ਭਰਾਓ ਤੇ ਭੈਣੋ, ਨੌਕਰੀਆਂ ਖੋਲੀਆਂ ਲੋਕਾਂ ਦੇ ਵਿੱਚੋਂ। ਥਰਮਲ ਪਾਵਰ ਪਲਾਂਟਸ 2000 ਤੋਂ ਉੱਤੇ ਵੱਡੇ ਟੱਬਰ ਜਿਹੜੇ ਨੇ ਉਹ ਉਹਨਾਂ ਦੇ ਘਰਾਂ ਵਿੱਚ ਹਨੇਰਾ ਕਰਤਾ ਕੈਪਟਨ ਅਮਰਿੰਦਰ ਸਿੰਘ ਨੇ। ਆਂਗਨਵਾੜੀ 84,000 ਔਰਤਾਂ, ਗਰੀਬ ਬੱਚੇ, ਗਰੀਬ, ਸਭ ਤੋਂ ਗਰੀਬ ਵਰਗ ਆ, 84,000 ਨੂੰ ਮਜਬੂਰ ਕਰਤਾ। ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਦੇ ਬਾਹਰ ਜਾ ਕੇ ਧਰਨੇ ਲਾ ਰਹੀਆਂ ਨੇ। ਤੁਹਾਡੇ ਦੂਸਰੇ ਜਿਹਦੇ ਸੇਵਾ ਕੇਂਦਰ ਬਣਾਏ ਸੀ ਉੱਥੋਂ ਨੌਕਰੀਆਂ ਹਟਾ ਤੀਆਂ। ਸੋ ਨੌਕਰੀਆਂ ਖੋਣ ਦਾ ਸਾਡਾ ਇਲਜ਼ਾਮ ਚਾਰਜ ਅਮਰਿੰਦਰ ਸਿੰਘ ਦੀ ਸਰਕਾਰ ਤੇ। ਉਦਾਂ ਕਹਿੰਦੇ ਖਜ਼ਾਨਾ ਖਾਲੀ ਆ। 19 ਐਡਵਾਈਜ਼ਰ OST ਕੈਬਨਿਟ ਸਟੇਟਸ, ਸਟੇਟ ਮਿਨਿਸਟਰ ਸਟੇਟਸ, ਕਦੀ ਸੁਣਿਆ ਵਾ ਜਿਹੜਾ ਖਜ਼ਾਨਾ 2.5 ਲੱਖ ਕਰੋੜ ਦਾ ਕਰਜ਼ਾ ਹੀ ਹੋਵੇ, ਜਿਹੜੀ ਸਰਕਾਰ ਦੇ ਕੋਲ 7 ਚੀਫ ਸੈਕਟਰੀ ਸਕੇਲ ਦੇ ਅਫਸਰ ਹੋਣ, 7 DGP ਸਕੇਲ ਦੇ ਅਫਸਰ ਹੋਣ, ਇਹਨਾਂ ਨੂੰ ਹਲੇ ਹੋਰ ਐਡਵਾਈਜ਼ਰ ਚਾਹੀਦੇ ਨੇ। ਉਹਦਾ ਖਜ਼ਾਨਾ ਖਾਲੀ ਆ, ਲੇਕਿਨ ਆਪਣੀ ਅਯਾਸ਼ੀ ਲਈ, ਆਪਣੇ ਨੇੜ ਦੇ ਸੱਜਣਾਂ ਨੂੰ ਇਨਾਮ ਦੇਣ ਦੇ ਨਜ਼ਰੀਏ ਨਾਲ, ਨੇਅਰ ਐਂਡ ਡੇਅਰ, ਨੇਪੋਟਿਜ਼ਮ, ਫੇਵਰੇਟਿਜ਼ਮ, ਉਹਨਾਂ ਨੂੰ 2-2, 3-3 ਲੱਖ ਰੁਪਇਆ ਤਨਖਾਹ, 4-4 ਕਨਾਲ ਦੀਆਂ ਚੰਡੀਗੜ੍ਹ ਵਿੱਚ ਕੋਠੀਆਂ, ਨੌਕਰ ਚਾਕਰ ਸਿਕਿਉਰਿਟੀ TA DA, ਲੱਖਾਂ ਰੁਪਏ ਕਰੋੜਾਂ ਰੁਪਏ ਬਰਬਾਦ ਕਰਤਾ ਕੈਪਟਨ ਸਾਹਿਬ ਨੇ। ਤੇ ਫਿਰ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। VIP ਕਲਚਰ, ਕੱਲੀਆਂ ਲਾਲ ਬੱਤੀਆਂ ਹਟਾਉਣਾ VIP ਕਲਚਰ ਸੀਗਾ? ਜਿਹੜੇ ਲਾਮ ਲਸ਼ਕਰ ਦੇ ਨਾਲ ਘੁੰਮਦੇ ਨੇ, 50-50 ਗੱਡੀਆਂ, 70-70 ਗੱਡੀਆਂ ਲੈ ਕੇ, ਜਿਹੜੇ ਮਹਿੰਗੇ ਮਹਿੰਗੇ ਹੋਟਲਾਂ ਵਿੱਚ ਜਾ ਕੇ ਸਰਕਾਰੀ ਫੰਕਸ਼ਨ ਕਰਦੇ ਨੇ, ਉਹ VIP ਕਲਚਰ ਖਤਮ ਹੋ ਗਿਆ ਪੰਜਾਬ ਦੇ ਵਿੱਚ। ਲਾਈਕਵਾਈਜ਼ ਹਲਕਾ ਇੰਚਾਰਜ ਕਹਿੰਦੇ ਹੈ ਨੀਗਾ, ਆਹ ਸਾਰੇ MLA ਬੈਠੇ ਨੇ, ਪੁੱਛੋ ਇਹਨਾਂ ਨੂੰ, ਸਾਰੇ ਹਾਰੇ ਹੋਏ ਬੰਦੇ ਨੇ, ਉਹਨਾਂ ਨੇ ਸਾਰੀ ਐਡਮਿਨਿਸਟ੍ਰੇਸ਼ਨ ਹਾਈਜੈਕ ਕਰ ਲਈ ਆ। ਸਾਰੇ ਕੰਮ, ਉਦਘਾਟਨ, ਅਫਸਰਾਂ ਦੀਆਂ ਮੀਟਿੰਗਾਂ, ਕੋਈ ਕੰਮ ਕਿਸੇ ਦੀ ਟ੍ਰਾਂਸਫਰ, ਥਾਣੇਦਾਰ ਦਾ ਤਬਾਦਲਾ, ਥਾਣੇਦਾਰ ਦੀ ਨਿਯੁਕਤੀ, DSP ਦੀ ਨਿਯੁਕਤੀ, ਹਾਰੇ ਹੋਏ ਕਾਂਗਰਸੀ ਸਾਰੇ ਨੇ। ਉਹ ਜਿੱਥੇ ਜਿੱਥੇ ਆਪੋਜੀਸ਼ਨ ਦੇ MLA, ਭਾਵਾਂ ਸਾਡੇ MLA ਨੇ, ਭਾਵਾਂ ਅਕਾਲੀ BJP MLA ਨੇ, ਸਾਰੇ ਹਲਕ, ਜਿਹੜਾ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਹਲਕਾ ਇੰਚਾਰਜ ਦੀ ਮੈਂ ਪ੍ਰਥਾ ਖਤਮ ਕਰੂੰਗਾ, ਉਸ ਪ੍ਰਥਾ ਨੂੰ ਮਜ਼ਬੂਤ ਕਰਨ ਦਾ ਸਾਡਾ ਚਾਰਜ ਅਮਰਿੰਦਰ ਸਿੰਘ ਦੇ ਉੱਤੇ ਲਾਇਆ ਜਾਂਦਾ ਵਾ। ਸਾਰੇ ਉਹ ਸਾਰੇ ਟੋਟਲ ਹਲਕਾ ਇੰਚਾਰਜ ਦਾ ਕੰਮ ਅੱਜ ਅਮਰਿੰਦਰ ਸਿੰਘ। ਸੋ ਕਹਿਣ ਤੋਂ ਭਾਵ ਕਿ ਕੈਪਟਨ ਅਮਰਿੰਦਰ ਸਿੰਘ ਉਸ ਰੋਮ ਦੇ ਰਾਜੇ ਵਾਂਗੂ ਆ। ਰੋਮ ਵਾਸ ਬਰਨਿੰਗ, ਨੀਰੂ ਵਾਸ ਪਲੇਇੰਗ ਦ ਫਲੂਟ, ਅੱਜ ਪੰਜਾਬ ਬਲ ਰਿਹਾ ਹੈ। ਇੱਕ ਮਿੰਟ, ਅੱਜ ਪੰਜਾਬ ਬਲ ਰਿਹਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਮਲੇ, ਲੰਡਨ ਦੀ ਵਾਦੀਆਂ, ਦਿੱਲੀ ਦੇ ਰਾਮ ਪ੍ਰਸਤ ਘਰਾਣਿਆਂ ਦੇ ਵਿੱਚ, ਪੋਸ਼ ਲੋਕੈਲਿਟੀਜ਼ ਵਿੱਚ ਉਹ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ। ਬਿਲਕੁਲ ਰੋਮ ਦੇ ਉਹ ਨੀਰੂ ਕਿੰਗ ਦਾ ਅੱਜ ਪੰਜਾਬ ਦੇ ਵਿੱਚ ਹਿਸਾਬ ਆ। ਸੋ ਅਸੀਂ ਇਸ ਸਰਕਾਰ ਨੂੰ, ਇੱਕ ਸਾਲ ਦੀ ਸਰਕਾਰ ਨੂੰ,
ਅਗਰ ਸਿਫਰ ਤੋਂ ਥੱਲੇ ਕੋਈ ਨੰਬਰ ਹੁੰਦਾ ਦੇ ਦਿੰਦੇ, ਪਰ ਅਫਸੋਸ ਕਿ ਉਹ ਹੈ ਨੀਗਾ। ਇਹ ਟੋਟਲ ਫਲੋਪ ਫੇਲੀਅਰ ਔਰ ਇਸ ਯੁੱਗ ਦੀ ਸਭ ਤੋਂ ਵੱਡਾ ਧੋਖਾ ਕਰਨ ਵਾਲੀ ਸਰਕਾਰ ਆ। ਇਹ ਸਾਰਾ ਚਾਰਜਸ਼ੀਟ ਅਸੀਂ ਤਾਂ ਪ੍ਰੈਜੈਂਟ ਕੀਤੀ ਕਿਉਂਕਿ ਵਿਧਾਨ ਸਭਾ ਦਾ ਜਿਹੜਾ ਪਲੇਟਫਾਰਮ ਹੈ ਉਸ ਨੂੰ ਵੀ ਉਜਾੜ ਕੇ ਰੱਖਤਾ ਇਸ ਸਰਕਾਰ ਨੇ। 7 ਦਿਨ ਦਾ ਸੈਸ਼ਨ, ਪਹਿਲਾਂ ਤਿੰਨ ਦਿਨ ਦਾ ਸੈਸ਼ਨ, ਉਹਦੇ ਚੋਂ ਇੱਕ ਸ਼ਰਧਾਂਜਲੀ, ਤੇ 2 ਦਿਨ 6 ਮਹੀਨੇ ਬਾਅਦ ਵਿੰਟਰ ਸੈਸ਼ਨ ਮਿਲਿਆ ਸੀਗਾ। 7 ਦਿਨ ਹੁਣ ਉਹਦੇ ਚੋਂ ਗਵਰਨਰ ਦਾ ਐਡਰੈਸ ਵੀ ਵਿਲ ਨਾਟ ਬੀ ਏਬਲ ਟੂ ਸਪੀਕ, ਫਾਈਨੈਂਸ ਮਿਨਿਸਟਰ ਦਾ ਬਜਟ ਪ੍ਰੈਜੈਂਟੇਸ਼ਨ ਵੀ ਵਿਲ ਨਾਟ ਬੀ ਏਬਲ ਟੂ ਸਪੀਕ, ਸ਼ਰਧਾਂਜਲੀਆਂ ਵੀ ਵਿਲ ਨਾਟ ਬੀ ਏਬਲ ਟੂ ਸਪੀਕ। ਇਹ ਸਾਰੀਆਂ ਗੱਲਾਂ, ਇੱਕ ਲਾਸਟ ਹੈਗਾ ਜੀ, ਇਹ ਸਾਰੀਆਂ ਗੱਲਾਂ ਨੂੰ ਅਸੀਂ ਮੌਕ ਅਸੈਂਬਲੀ ਕਰਕੇ ਅੱਜ ਕਰਨਾ ਸੀਗਾ, ਲੇਕਿਨ ਸਾਰੇ ਇਸ਼ੂਜ਼ ਡਾਇਵਰਟ ਕਰ ਦਿੱਤੇ, ਇਸ ਲਈ ਅੱਜ ਅਸੀਂ ਇਹ ਚਾਰਜਸ਼ੀਟ ਤੁਹਾਨੂੰ ਫਾਰਮਲੀ ਹੈਂਡ ਓਵਰ ਕਰ ਦਾਂਗੇ। ਆਈ ਨੋ ਪੋਲੀਟੀਕਲ ਇਸ਼ੂਜ਼ ਆਰ ਮੱਚ ਬਿਗਰ ਕੱਲ ਦੀਆਂ ਡਿਵੈਲਪਮੈਂਟਸ, ਬਟ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਸਾਡੀ ਚਾਰਜਸ਼ੀਟ ਨੂੰ ਵੀ ਜ਼ਰੂਰ ਤਰਜੀਹ ਤੁਸੀਂ ਦੇਣਾ। ਤੁਹਾਡਾ ਸ਼ੁਕਰੀਆ।